Auzu billahi mineşşeytanirracim. Bismillahirrahmanirrahim. Video vekhan aaya te sunn aaya nu saadi saryan di tarfo assalamu alaikum. Assalamu alaikum. Te eh Shafiq saab aaye ne South Africa to aal maqam inna da sambde aale tunj pind inna da Kartarpur hai. ਇਹ ਇਹਨਾਂ ਦੇ ਬੈਨੋਈ ਨੇ ਮੁਹੰਮਦ ਯਾਸੀਨ ਮੀਆਂ ਚੰਨੂ ਤੋਂ ਆਏ ਨੇ ਰੱਬ ਮੇਲ ਕਰਾਣੇ ਆਪ ਦੇ ਬਿਲਕੁਲ ਇਹ ਫੁੱਫੀ ਸਾਹਿਬ ਭਾਈ ਨੇ ਮੁਹੰਮਦ ਲਤੀਫ ਇਹ ਖਾਦਮ ਹਸੈਨ ਜਿਹੜੇ ਨੇ ਇਹ ਵੀ ਸਾਊਥ ਅਫਰੀਕਾ ਹੀ ਹੁੰਦੇ ਨੇ ਇਹ ਆ ਕਾਸਬ ਦੇ ਨੇ ਇਹ ਇਹਨਾਂ ਦੇ ਮਾਮੂ ਜਾਨ ਨੇ ਮੁਹੰਮਦ ਸਲੀਮ ਤੇ ਇਹ ਸ਼ਫੀਕ ਦੀਆਂ ਹੀ ਸਾਰੀਆਂ ਕੋਸ਼ਾਂ ਨੇ ਜਿਹੜਾ ਲੈ ਕੇ ਸਾਰਿਆਂ ਨੂੰ ਆ ਗਿਆ ਉਹ ਸਾਊਥ ਅਫਰੀਕਾ ਤੋਂ ਆਇਆ ਤੇ ਉਹਨੇ ਆਖਿਆ ਵਾ ਮੁਲਾਕਾਤ ਕਰਨੀ ਹੈ ਅਤੇ ਨਾਲ ਫਿਰ ਆਪਣੇ ਸਾਰੇ ਜੀ ਆਏ ਨੇ ਅਤੇ ਅਸੀਂ ਹੁਣ ਡੇਰੇ ਦੇ ਉੱਤੇ ਬੈਠੇ ਹਾਂ ਅਤੇ ਥੋੜ੍ਹੀ ਜਿਹੀ ਆਉਂਦੇ ਨੇ ਵੀ ਹਾਜ਼ਰੀ ਹੋ ਜਾਏ ਬਿਲਕੁਲ ਅਸਲ ਵਿੱਚ ਨਾ ਮੀਆਂ ਸਾਹਿਬ ਦਾ ਕਲਾਮ ਜਿਹੜਾ ਨਾ ਹੁਣ ਜਿਹੜੇ ਮਹਿਮਾਨ ਆਏ ਹੁਣ ਉਹਨਾਂ ਦੀ ਡਿਮਾਂਡ ਵੀ ਮੰਨਣੀ ਪੈਂਦੀ ਹੈ ਕੁਝ ਵਿੱਚ ਐਸੇ ਸ਼ਹਿਰ ਦੇ ਆਇਆ ਉਹ ਵੀ ਕਿਸੇ ਮੀਆਂ ਨੇ ਲਿਖੇ ਨੇ ਬੀਬੀ ਕੁਝ ਨਹੀਂ ਲਿਖੇ ਆ ਜਿਹੜੇ ਜੱਜਦੇ ਨੇ ਵਿੱਚ ਤੇ ਉਹ ਆਉਂਦੇ ਨੇ ਹੁਣ ਅਗਲੇ ਜਿਹੜੇ ਆਏ ਸਨ ਮਹਿਮਾਨ ਉੱਥੋਂ ਆਜ਼ਾਦ ਕਸ਼ਮੀਰ ਤੋਂ ਉਹ ਵੀ ਕਿਸੇ ਦੇ ਮੰਨਣ ਵਾਲੇ ਸਨ ਉਹਨਾਂ ਆਖਿਆ ਵੀ ਆਹ ਸ਼ੇਰ ਬੋਲੋ ਵੀ ਜਿਹੜੀਆਂ ਗੁੱਡੀਆਂ ਆਪੇ ਹੀ ਉੱਡੀਆਂ ਉਹ ਕਦੇ ਨਾ ਕਰਨ ਉਚਾਈਆਂ ਉਹ ਵਾ ਗੁੱਡੀਆਂ ਚੰਗੀਆਂ ਉੱਡੀਆਂ ਜਿਹੜੀਆਂ ਸਾਈਆਂ ਆਪ ਉਡਾਈਆਂ ਹੁਣ ਜੇ ਫੋਲ ਕੇ ਵੇਖੀਏ ਤਾਂ ਮੀਆਂ ਸਾਹਿਬ ਵਾਲੀ ਕਿਤਾਬ ਵਿੱਚ ਨਹੀਂ ਆਉਂਦਾ ਪਰ ਹੈ ਤਾਂ ਕਿਸੇ ਲਿਖਿਆ ਜਿਹੜਾ ਹੁਣ ਫਜ਼ਲ ਕੀਤਾ ਪੀਰ ਬੁੱਲੇ ਸ਼ਾਹ ਨੇ ਉਹ ਵੀ ਤੱਕ ਮੀਆਂ ਦੀ ਨੇ ਸਾਈ ਸਰਦਾਰ ਉਹ ਵੀ ਮੀਆਂ ਦੀ ਨੇ ਕਸੂਰਮੰਦ ਹੋ ਗਿਆ ਡੈਮ ਸਾਹਿਬ ਹੋ ਗਿਆ ਪੀਰ ਵਾਰਿਸ ਸ਼ਾਹ ਹੋ ਗਿਆ ਸਾਰੇ ਮੀਆਂ ਦੀ ਨੇ ਕਲਾਮ ਤਾਂ ਸਾਰਿਆਂ ਦਾ ਸੁੱਚਾ ਤਾਂ ਪਾ ਕੇ ਨਾ ਉਹ ਫਿਰ ਇਹ ਵੀ ਜਿਹੜਾ ਜਿਹੜਾ ਕਿਸੇ ਨੂੰ ਕੋਈ ਸੁਣਦਾ ਅੱਜ ਕੱਲ੍ਹ ਨੈੱਟ ਦਾ ਦੌਰ ਹੈ ਉਹ ਨੈੱਟ 'ਤੇ ਆਪਣੀਆਂ ਮਸ਼ਹੂਰੀਆਂ ਵਾ ਤਾਂ ਲੋਕ ਪੜ੍ਹਦੇ ਨੇ ਉਹ ਜਿਹੜਾ ਅਸੀਂ ਵੀ ਸੁਣਦੇ ਹਾਂ ਦਿਲ ਨੂੰ ਚੰਗਾ ਲੱਗਦਾ ਅਸੀਂ ਵੀ ਉਹ ਪੜ੍ਹ ਦਿੰਦੇ ਹਾਂ ਫਿਰ ਕੋਈ ਘੱਟ ਬੰਦੇ ਨੇ ਜਿਹੜੇ ਇੱਡੀ ਤਰੱਕੀ ਕਰਦੇ ਨੇ ਜੀ ਇਹ ਜੀ ਮੀਆਂ ਸਾਹਿਬ ਬਣਾਉਂਦਾ ਨਹੀਂ ਭਾਈ ਆ ਤਾਂ ਮੀਆਂ ਸਾਹਿਬ ਬਣਾਉਂਦਾ ਜੀ ਅਤੇ ਸਰਕਾਰ ਲਿਖਦੇ ਨੇ ਆ ਇੱਕੋ ਤੇਰੀ ਓਟ ਖੁਦਾਇਆ ਤੇ ਹੋਰ ਨਹੀਂ ਕੁਝ ਸੋਚਦਾ ਜਿਸ ਦੀਵੇ ਨੂੰ ਤੂੰ ਆਪੇ ਹੀ ਬਾਲੇ ਉਹ ਨਹੀਂ ਕਿਸੇ ਤੂੰ ਬੁਝਦਾ ਤੇ ਕੰਮ ਤਮਾਮ ਮਯਸਰ ਆਉਂਦੇ ਤੇ ਨਾ ਉਹਦਾ ਚਿੱਤ ਧਰਿਆ ਸੁੱਕੇ ਸਾਵੇ ਕਰਦਾ ਤੇ ਕਹਿਰੂ ਸਾੜੇ ਅਰਿਆ ਉਹ ਮਾਲਕ ਬਿਲਕੁਲ ਜੋ ਚਾਹੇ ਉਹ ਕਰ ਸਕਦਾ ਤੇ ਕੁਦਰਤ ਥੀ ਜਿਸ ਬਾਗ ਬਣਾਏ ਤੇ ਜਗ ਸੰਸਾਰ ਤਮਾਮੀ ਉਹ ਰੰਗ ਬਰੰਗੀ ਬੂਟੇ ਲਾਏ ਤੇ ਕੁਝ ਖਾਸੇ ਕੁਝ ਆਮੀ ਤੇ ਇੱਕ ਨਾ ਦੇ ਫਲ ਮਿੱਠੇ ਕੀਤੇ ਤੇ ਪਾਤਿਓ ਨਾ ਦੇ ਕੌੜੇ ਇੱਕ ਨਾ ਦੇ ਫਲਕਾਰੀ ਆਵਣ ਉਹ ਨਫੇ ਪਲਾਉਂਦੇ ਨੇ ਥੋੜੇ ਮਾਲਕ ਜੋ ਚਾਹੇ ਦੇਖੋ ਜੀ ਰਾਜ਼ਕ ਹੋਏ ਮਾਲਕ ਹੋਏ ਫਿਰ ਇਹ ਵੀ ਸੁਣਿਆ ਬੜਾ ਲਮਾਵਾਂ ਕੋਲੋਂ ਵੀ ਜਿੰਨੇ ਵੀ ਦੁਨੀਆਂ ਦੇ ਦਰਖਤ ਨੇ ਨਾ ਉਹਨਾਂ ਦੀਆਂ ਕਲਮਾਂ ਬਣ ਜਾ ਬਿਲਕੁਲ ਸਮੁੰਦਰਾਂ ਦੀ ਸ਼ਾਹੀ ਬਣ ਜਾਏ ਉਹਦੀ ਸਿਫਤ ਨਹੀਂ ਉਹਦੀ ਸਿਫਤ ਨਹੀਂ ਹੋ ਤੇ ਫਿਰ ਜੇ ਫਿਰ ਸੈਫਰ ਮਲੂਕ ਪੜ੍ਹੀਦਾ ਨਾ ਦੇਖੋ ਜੀ ਜੇ ਸੁਹਾਰਾ ਪੜ੍ਹੀਏ ਤਾਂ ਫਿਰ ਕਿਸੇ ਦੇ ਮਨ ਲੱਗਦਾ ਕਿਸੇ ਦੇ ਨਹੀਂ ਵਿੱਚੋਂ ਫਿਰ ਸ਼ੇਰ ਜਿਹੜੇ ਦਿਲ ਨੂੰ ਲੱਗਦੇ ਨੇ ਉਹ ਜਿਸ ਵੇਲੇ ਬੋਲੀਏ ਤਾਂ ਅਗਲਾ ਖੁਸ਼ ਹੋ ਜਾਂਦਾ ਅਤੇ ਅੱਗੇ ਮੀਆਂ ਸਾਹਿਬ ਵਾਲੀ ਲਿਖਦੇ ਨੇ ਵੀ ਜਦੋਂ ਕੋਈ ਸ਼ੈ ਨਹੀਂ ਸੀ ਸਰਕਾਰ ਦਾ ਨੂਰ ਸੀ ਉਹ ਬਿਲਕੁਲ ਤੇ ਅਰਸ਼ ਕੁਰਸੀ ਨਾ ਲਾ ਕਲਮ ਸਣ
ਤੈਨਾ ਸਣ ਚੰਨ ਸਤਾਰੇ ਉਦੋਂ ਵੀ ਉਹ ਨੂਰ ਨਬੀ ਦਾ ਤੇ ਦਿੰਦਾ ਸੀ ਲਿਸ਼ਕਾਰੇ ਤੇ ਬਾਗ ਬਹਾਰਾਂ ਤੇ ਗੁਲਜ਼ਾਰਾਂ ਉਹ ਬਿਨ ਯਾਰਾਂ ਕਿਸ ਕਾਰੀ ਯਾਰ ਮਿਲਣ ਦੁੱਖ ਜਾਣ ਹਜ਼ਾਰਾਂ ਤੇ ਮੈਂ ਸ਼ੁਕਰ ਕਰਾਂ ਲੱਖ ਵਾਰੀ ਤੇ ਚਾਦਰ ਫਟੇ ਤਰੋਪਾ ਲੱਗਦਾ ਉਹ ਦਿਲ ਫਟੇ ਕਿੰਜ ਸੀਣਾ ਸਜਣਾ ਬਾਜ ਮੁਹੰਮਦ ਬਖਸ਼ਾ ਉਹ ਕੀ ਮਰਨਾ ਕੀ ਜਿਉਣਾ ਤੇ ਕੱਲਾ ਹੱਥ ਕਦੇ ਨਹੀਂ ਧੁੱਪਦਾ ਤੇ ਇੱਕ ਦੂਜੇ ਨੂੰ ਧੋਂਦਾ ਉਹ ਦਰਦਾ ਬਾਜ ਮੁਹੰਮਦ ਬਖਸ਼ਾ ਇਹ ਕੌਣ ਕਿਸੇ ਨੂੰ ਰੋਂਦਾ ਜਾਣ ਵਾਲੇ ਨੂੰ ਘੱਟ ਰੋਂਦੇ ਨੇ ਆਪਣੇ ਦਰਦਾਂ ਨੂੰ ਆਪਣੇ ਸਰਕਾਰ ਫਰਮਾਉਂਦੇ ਨੇ ਪੜ੍ਹਨੇ ਦਾ ਨਾ ਮਾਣ ਕਰੀ ਤੂੰ ਤੇ ਨਾ ਆਖੀ ਮੈਂ ਪੜਿਆ ਉਹ ਜੱਬਾਰ ਘਰ ਕਾਵੇ ਉਹ ਮਤ ਰੋੜ ਸੱਟੇ ਦੁੱਧ ਕੜਿਆ ਤੇ ਮੀਆਂ ਬਣਨ ਸੁਖਲਾ ਨਾਈ ਉਹ ਜਿਹਦੀ ਮੈਂ ਮਰ ਗਈ ਉਹ ਮੀਆਂ ਇਹ ਕੁਦਰਤ ਨੇ ਸਭ ਪੈਦਾ ਕੀਤੇ ਉਹ ਕਿਆ ਉੱਚਾ ਕਿਆ ਨੀਵਾਂ ਉਹਦੇ ਘਰ ਵਿੱਚ ਮਨਜ਼ੂਰੀ ਹੁੰਦੀ ਹੈ ਜਿਹਦੀ ਮੈਂ ਮਰ ਗਈ ਮੀਆਂ ਹੋਏ ਤੇ ਸਾਡੀ ਦੁਨੀਆਂ 'ਚ ਹੋਈ ਨਾ ਫਲਾਣਾ ਮੀਆਂ ਜੀ ਤੇ ਫਲਾਣਾ ਮੀਆਂ ਜੀ ਦਰਵੇਸ਼ ਆਉਂਦਾ ਜਿਹਦੀ ਮੈਂ ਮਰ ਜੇ ਉਹ ਮੀਆਂ ਤੇ ਉੱਚਾ ਨਾ ਜਿਸ ਰਖਾਇਆ ਉਹ ਚੁੱਲ੍ਹੇ ਦੇ ਵਿੱਚ ਸੜਿਆ ਲੰਘ ਮੁਹੰਮਦ ਇੱਥੋਂ ਲੰਘ ਜਾਵੇ ਦਾ ਅੜਿਆ ਮੀਆਂ ਸਾਹਿਬ ਕਿਸੇ ਬੰਦੇ ਪੁੱਛਿਆ ਜਾਂਦੇ ਸਨ ਤੇ ਮੀਆਂ ਜੀ ਤੁਹਾਡਾ ਨਾਂ ਕੀ ਪਤਾ ਤੂੰ ਉਹਨੂੰ ਮਿਆ ਸੀ ਤੂੰ ਉਹਨੇ ਆਖਿਆ ਕੋਈ ਫਖਰ ਨਾ ਦੱਸਣ ਦੇ ਕੀ ਮੀਆਂ ਜੀ ਤੁਹਾਡਾ ਨਾਂ ਕਰਕੇ ਦੱਸੋ ਹਾਂ ਤੇ ਮੀਆਂ ਆਖਿਆ ਆ ਇੱਕ ਮੁਹੰਮਦ ਠੱਗ ਸੁਣੀ ਦਾ ਤੇ ਇੱਕ ਮੁਹੰਮਦ ਚੋਰ ਉਹ ਜਿਹਦਾ ਲੋਕੀ ਕਲਮਾ ਪੜਦੇ ਤੇ ਉਹ ਮੁਹੰਮਦ ਮੁਹੰਮਦ ਨਾਂ ਤਾਂ ਬਣਿਆ ਤਾਂ ਰਹਿੰਦੇ ਨਾਂ ਦੀ ਬਰਕਤ ਵੀ ਬੜੀ ਹੈ ਬਖਸ਼ੇ ਜਾਣ ਦੇ ਉਹ ਮੁਹੰਮਦ ਤੇ ਹੋਰ ਇਹਨਾਂ ਦੇ ਪੈਦਾ ਕੀਤੀ ਤੇ ਜਿਹੜੀ ਯਾਰੀ ਵਿੱਚ ਲਾਲਚ ਹੋਵੇ ਇਹ ਕਿਤਾਬ ਮੀਆਂ ਸਾਹਿਬ ਵਾਲਾ ਦੀ ਇਸ ਤਰ੍ਹਾਂ ਦੀ ਵੀ ਇਹਦੇ ਵਿੱਚ ਕੋਈ ਗੱਲ ਬਾਹਰ ਨਹੀਂ ਰਹਿ ਬਿਲਕੁਲ ਦੁਨੀਆਦਾਰੀ ਦੀ ਦੀਨ ਦੀ ਮਾਰਫਤ ਦੀ ਸਾਰੀਆਂ ਗੱਲਾਂ ਇਹਦੇ ਵਿੱਚ ਨੇ ਜਿਹੜੀ ਕੋਈ ਲੋੜ ਨਾ ਚਾਹੇ ਉਹਨੂੰ ਲੱਭ ਜਾਵੇ ਯਾਰੀ ਅੱਗੇ ਵੀ ਗੱਲ ਪੇ ਕਰਦੇ ਹਾਂ ਜੇ ਭੈਣਾਂ ਭਰਾਵਾਂ ਵਿੱਚ ਜਿੱਥੇ ਵੀ ਯਾਰੀ ਦੇ ਵਿੱਚ ਲਾਲਚ ਆ ਜਾਏ ਉਹ ਥੋੜ੍ਹੇ ਰਹਿ ਜਾਂਦੇ ਉਹ ਕੰਮ ਖਰਾਬ ਹੋ ਜਾਂਦਾ ਲਾਚ ਹੋ ਜਾਂਦੀ ਹੈ ਉਹ ਜਿਹੜੀ ਯਾਰੀ ਵਿੱਚ ਲਾਲਚ ਹੋਵੇ ਤੇ ਉਹ ਕਦੇ ਤੋੜ ਨਹੀਂ ਚੜਦੀ ਇਹ ਚਾਦਰ ਲੀਰੋ ਲੀਰ ਮੁਹੰਮਦ ਉਹ ਜਿਹੜੀ ਕੰਡਿਆਂ ਦੇ ਨਾਲ ਅੜਦੀ ਤੇ ਖਾਦਮ ਸਾਹਿਬ ਸਰਕਾਰ ਆਉਂਦੇ ਨੇ ਉਹ ਦਾਨਿਸ਼ਮੰਦਾਂ ਨੂੰ ਉਹ ਸੱਪ ਨਹੀਂ ਲੜਦਾ ਤੇ ਇੱਕ ਖੁੱਡੂ ਦੋ ਵਾਰੀ ਮੁੜ ਮੁੜ ਧੋਖੇ ਖਾਣ ਮੁਹੰਮਦ
ਉਹ ਮਤ ਜਿੰਨਾ ਦੀ ਮਾਰੀ ਪਤਾ ਲੱਗ ਪਿਆ ਆਸ ਪਾਸੋਂ ਮੈਨੂੰ ਅੱਗੇ ਬਾਈ ਨੁਕਸਾਨ ਹੋਇਆ ਤੇ ਫਿਰ ਜੇ ਦੂਜੀ ਵਾਰ ਵੀ ਉਸ ਪਾਸ ਜਾ ਤਾ ਫਿਰ ਮਤ ਹੀ ਮਾਰੀ ਇਨਸੀਤਾ ਨੇ ਸਾਡਾ ਵਾਦ ਤੇ ਦੁਨੀਆ ਕੈਦ ਖਾਨਾ ਉਹਨਾਂ ਲੋਕਾਂ ਵਾਸਤੇ ਜਿਹੜੇ ਅੱਲਾ ਦੇ ਹੋ ਗਏ ਉਹ ਕਹਿੰਦੇ ਨੇ ਵੀ ਅਸੀਂ ਕਿਹੜੇ ਵੇਸ ਦੁਨੀਆ ਤੋਂ ਜਾਂਦੇ ਖੜਨਾ ਤਾਂ ਮਾਲਕ ਨੇ ਉਸ ਵਿੱਚ ਜਦੋਂ ਉਹਨਾਂ ਦਾ ਟਾਈਮ ਹੋਣਾ ਬਿਲਕੁਲ ਤੇ ਸਰਕਾਰ ਆਉਂਦੇ ਨੇ ਅੱਗੀ ਹੋਇਆ ਜੇ ਮੈਂ ਕੈਦੀ ਹੋਇਆ ਤੇ ਸਦਾ ਕੈਦੀ ਨਹੀਂ ਰਹਿਣਾ ਇੱਕ ਦਿਨ ਮੌਲਾ ਕਰਮ ਕਰੇ ਸੀ ਤੇ ਚੱਲ ਸੰਗਾਂ ਵਿੱਚ ਬਹਿਣਾ ਤੇ ਦਿਲ ਦਈਏ ਤੇ ਉੱਥੇ ਦਈਏ ਉਹ ਜਿੱਥੇ ਮਹਿਰਮ ਹੋਵੇ ਦਿਲ ਦਾ ਬੇਕਦਰਾਂ ਨੂੰ ਦਿਲ ਨਾ ਦਈਏ ਉੱਥੋਂ ਬੁਰਾ ਨਤੀਜਾ ਮਿਲਦਾ ਕਈ ਵੇਖਿਆ ਵੀ ਬੜੀ ਖਿਦਮਤ ਕਰ ਕਰਕੇ ਤੇ ਖੀਰ ਤੇ ਕੀ ਲੱਭਦਾ ਉਹ ਪਿਛਾ ਵਗਾ ਛੱਡ ਜਾਂਦੇ ਨੇ ਵੀ ਨਹੀਂ ਉਹਨੇ ਆਲਾ ਸਿਰ ਧਰ ਦੀ ਬਾਜ਼ੀ ਲਾਈ ਹੁੰਦੀ ਉਹਨਾਂ ਨੂੰ ਕਦਰ ਹੀ ਕੋਈ ਨਹੀਂ ਹੁੰਦਾ ਸਪੀਕਰ ਤੂੰ ਲੋੜ ਹੀ ਨਹੀਂ ਤੁਹਾਡੀ ਇਹ ਉਸ ਜ਼ਾਤ ਦਾ ਕਰਮ ਹੈ ਨਾ ਇੱਧਰ ਆ ਜਾਓ ਨਹੀਂ ਬੋ 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 ਇਹ ਉਸ ਜ਼ਾਤ ਦਾ ਕਰਮ ਲਓ ਜੀ ਸੁਣੇ ਜੇ ਸ਼ੇਰ ਆਇਆ ਜੇ ਮਜ਼ਾ ਲੈ ਮੀਆਂ ਸਾਹਿਬ ਦਾ ਕਲਾਮ ਜਿੱਥੇ ਫਿਰ ਜੇ ਇਸ ਤਰ੍ਹਾਂ ਦਿੱਤਾ ਜਾਏ ਸਲਾਮ ਦੇ ਹੋਣ ਦਾ ਮਜ਼ਾ ਹੀ ਹੋਊਗਾ ਵਾਹ ਜੀ ਇਹ ਜੀ ਮੁਹੰਮਦ ਜਸੀਨ ਪਿਆਂਦਾ ਸੀ ਵੀ ਮੇਰੀ ਫਰਮਾਇਸ਼ ਉਹਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ ਉਂਝ ਉਹਨੂੰ ਪਿਆਰ ਇੰਨਾ ਕਿ ਉਹ ਬਹਾਨੇ ਲੋੜਦਾ ਉਹ ਅਦਾ ਪਸੰਦ ਆ ਜਾਵੇ ਉਹਦਾ ਠੀਕ ਆ ਤੋਬਾ ਦਾ ਦਰਵਾਜ਼ਾ ਖੁੱਲ੍ਹਾ ਮਰਨ ਤੀਕਰ ਸਾਰੀ ਉਮਰ ਵੀ ਯਾਰ ਤੂੰ ਗੁਨਾਹ ਕੀਤੇ ਨੇ ਤੇ ਖੀਰ ਤੇ ਵੀ ਤੂੰ ਆਖਿਆ ਨਾ ਵੀ ਯਾਰ ਲਾ ਤੂੰ ਹੀ ਮੈਨੂੰ ਮਾਫ਼ੀ ਦੇ ਯਾਰ ਮੈਂ ਤੂੰ ਨਹੀਂ ਕਰਦਾ ਤੂੰ ਅੰਦਾ ਚੱਲ ਪੀਤਾ ਬਿਲਕੁਲ ਪੀਰ ਬੁੱਲੇ ਸ਼ਾਹ ਇੱਥੇ ਆਉਂਦੇ ਨੇ ਉਹ ਰੱਬ ਤੇ ਬੰਦੇ ਦੀ ਜ਼ਾਤ ਇੱਕੋ ਜਿਵੇਂ ਕੱਪੜੇ ਦੀ ਜ਼ਾਤ ਰੂਹ ਉਹ ਰੱਬ ਬੰਦੇ ਵਿੱਚ ਇੰਜ ਲੁਕਿਆ ਜਿਵੇਂ ਕੱਪੜੇ ਵਿੱਚ ਲੁਕਿਆ ਰੂਹ ਤੇ ਆਪ ਬੁਲਾਵੇ ਆਪੇ ਹੀ ਬੋਲੇ ਅਤੇ ਆਪੇ ਕਰਦਾ ਕਾਮਲ ਮੁਰਸ਼ਿਦ ਮਿਲ ਜਾਏ ਬੁਲਿਆ ਤੇ ਫਿਰ ਨਾ ਮੈਂ ਰਹਿੰਦੀ ਨਾ ਤੂੰ ਇਹ ਵੀ ਮੈਂ ਗੁਆਚੀ ਕਿਸੇ ਦੇ ਦਰ ਲੱਗੇ ਬਿਲਕੁਲ ਕਿਉਂਕਿ ਸਾਈਂ ਸਰਦਾਰ ਇੱਦਾਂ ਲਿਖਦੇ ਨਾ ਵੀ ਜੇ ਬੰਦੇ ਦੀ ਬੈਤ ਰਵਾ ਨਹੀਂ ਸੀ ਇਹ ਕਹਿੰਦੇ ਨਹੀਂ ਕਿ ਸਾਨੂੰ ਮੁਰਸ਼ਿਦ ਦੀ ਲੋੜ ਪਈ ਅਸੀਂ ਆਪ ਹੀ ਸਭ ਕੁਝ ਜਾਣਦੇ ਹਾਂ ਤੋ ਸਾਈਂ ਸਰਦਾਰ ਇੱਥੇ ਆਉਂਦਾ ਵੀ ਜੇ ਬੰਦੇ ਦੀ ਬੈਤ ਰਵਾ ਨਹੀਂ ਸੀ ਉਹਨੂੰ ਬੰਦਾ ਬਣਾਉਣ ਦੀ ਲੋੜ ਕੀ ਸੀ ਉਹਦੀ ਵਾਦਤ ਮਲੈਕ ਤੇ ਮੰਨਦੇ ਸਨ ਮੁੜੇ ਸ਼ਿਰਕ ਵਧਾਉਣ ਦੀ ਲੋੜ ਕੀ ਸੀ ਜੇ ਧੋਈ ਦੀ ਅਸਰ ਦਾ ਮੰਨਦਾ ਸੀ ਮੁੜ ਰਸਾਲਤ ਚਮਕਾਉਣ ਦੀ ਲੋੜ ਕੀ ਸੀ ਹਾਕੀ ਅੱਗੇ ਸਰਦਾਰ ਫਿਰ ਨੂਰੀਆਂ ਨੂੰ ਦੱਸੋ ਉਹਨੂੰ ਜਗਾਉਣ ਦੀ ਲੋੜ ਕੀ ਸੀ ਬਾਬਾ ਆਜ਼ਮ ਤੇ ਖਾਲਸ ਤੂੰ ਬਣਾਇਆ ਨਾ ਤੇ ਨੂਰੀਆਂ ਨੂੰ ਆਖਿਆ ਸਜਦਾ ਕਰੋ ਕੋਈ ਲੋੜ ਹੈ ਸੀ ਤੇ ਤਾਂ ਉਹਨੇ ਕੀਤਾ ਬੰਦਾ ਸਮਝ ਨਹੀਂ ਸਕਦਾ ਤੇ ਸਰਕਾਰ ਇੱਥੇ ਆਉਂਦੇ ਨੇ ਉਹ ਜੋਗ ਜਨਾ ਦੀ ਮੋਤੀ ਹੋਵੇ ਤੇ ਉਹ ਨਹੀਂ ਚੁਗਦੇ ਦਾਣੇ ਉਹ ਕਰਮ ਜਨਾ ਤੇ ਕਰਦੇ ਮੁਰਸ਼ਦ ਉਹ ਕੰਬਲੇ ਵੀ ਬਣਨ ਸਿਆਣੇ ਜਿਹਨਾਂ ਤੇ ਨਿਗਾਹ ਮੁਰਸ਼ਦ ਪਾਸ ਦੀ ਹੋ ਜਾਏ ਉਹ ਕੰਬਲੇ ਹੋਣ ਤਾਂ ਵੀ ਸਿਆਣੇ ਹੋ ਗਏ ਤੇ ਇਹ ਤਾਂ ਸੁਣਿਆ ਜੇ ਵੀ ਜਾਂ ਆਪ ਕਿਸੇ ਨੂੰ ਕਰ ਬੇਲੀਆ ਜਾਂ ਆਪੇ ਕਿਸੇ ਦਾ ਜਾਂ ਹੋ ਜਾ ਕਿਸੇ ਦਾ ਜਾਂ ਕਿਸੇ ਦਾ ਤੇ ਜੇ ਉਹ ਆਉਂਦੇ ਨਾ ਵੀ ਨਮਾਜ਼ ਵਿੱਚ ਕੋਸ਼ਿਸ਼ ਤਾਂ ਬੰਦੇ ਦੀ ਇਹ ਹੋਣੀ ਚਾਹੀਦੀ ਵੀ ਮੈਂ ਅੱਲਾ ਨੂੰ ਪਿਆ ਵਹਿੰਦਾ ਤੇ ਜੇ ਵਹਿੰਦਾ ਨਹੀਂ ਤੇ ਇਹ ਤਾਂ ਸਮਝੇ ਵੀ ਅੱਲਾ ਮੈਨੂੰ ਪਿਆ ਵਹਿੰਦਾ ਫਿਰ ਹੋਰ ਕੋਈ ਖਿਆਲ ਘੱਟ ਆ ਜਾਏ
ਤੇ ਜਿੰਜੇ ਜਾ ਕੇ ਕੰਨਾਂ ਨੂੰ ਹੱਥ ਲਾ ਖਲੋ ਜਾਈਓ ਬੰਦਾ ਉੱਥੇ ਖੜਿਆ ਹੁੰਦਾ ਅੱਗੋਂ ਕਿਧਰੋਂ ਮੀਆਂ ਮੋਹਨ ਸਾਹਿਬ ਸਨ ਉਹਨਾਂ ਦਾ ਭਰਾ ਸੀ ਜਿਹੜਾ ਉਹਨਾਂ ਦਾ ਨਾਂ ਸੀ ਬਹੁਤ ਜੀ ਜੀ ਹੁਣ ਮੀਆਂ ਸਾਹਿਬ ਵਾਲੀ ਜਿਸ ਵੇਲੇ ਦਰਵੇਸ਼ ਆ ਜੀ ਉਹ ਮਾਮਸ ਜਿਹਾ ਸੀ ਉਹ ਜੇ ਮਾਮਸ ਕਰਾਉਂਦਾ ਸੀ ਤੇ ਉਹ ਕੋਈ ਝਾੜੇ ਲੱਗੇ ਨੇ ਤੇ ਉਹ ਬੰਦਿਆਂ ਨੇ ਨਾ ਮੁਤਾਲਬਾ ਕੀਤਾ ਉਹ ਤੇਰਾ ਭਰਾ ਹੀ ਨਹੀਂ ਤੇਰੇ ਮਗਰ ਪੜਦਾ ਤੇ ਅਸੀਂ ਕਿੱਦਾਂ ਸਾਨੂੰ ਕਿੱਦਾਂ ਤੂੰ ਆਉਂਦਾ ਉਹਨੇ ਘਰ ਆ ਕੇ ਤੇ ਭਾਈ ਨਾਲ ਕੇ ਸ਼ਿਕਾਇਤ ਲਾਈ ਵੀ ਮੁਹੰਮਦ ਨੂੰ ਆਖੋ ਮੇਰੇ ਮਗਰ ਨਮਾਜ਼ ਪੜ੍ਹੇ ਉਹਨੇ ਆਖਿਆ ਮੁਹੰਮਦ ਨਮਾਜ਼ ਪੜ੍ਹੀ ਪੜ੍ਹਾਓ ਮੇਰਾ ਭਾਈ ਜੀ ਠੀਕ ਹੈ ਤੁਸੀਂ ਆਉਂਦੇ ਮੈਂ ਲਗਾ ਜਾ ਮਾਂ ਦੀ ਗੱਲ ਮੰਨ ਲਈ ਆ ਗਏ ਜਾ ਕੇ ਤੇ ਮਗਰ ਨੀਚ ਲਈ ਜਿਸ ਵੇਲੇ ਨੀਚ ਲਈ ਤੇ ਉਹ ਡੇਰਾ ਉਹਨਾਂ ਦਾ ਵੇਲੇ ਵਿੱਚ ਸੀ ਉਹ ਦਰਿਆ ਹੁੰਦਾ ਨਾ ਜੇਲਮ ਆ ਜੀ ਅਤੇ ਉੱਥੇ ਨਾ ਘੋੜੀ ਸੂਈ ਸੀ ਜੀ ਉਹ ਖੂਹ ਵੀ ਸੀ ਹੁਣ ਮੌਲਵੀ ਵਾਲਿਆਂ ਦੇ ਦਿਲ 'ਚ ਖਿਆਲ ਆ ਗਿਆ ਵੀ ਬਛੇਰੀ ਵੀ ਮੈਂ ਬੱਧੀ ਛੱਜੀ ਕੋਈ ਨਹੀਂ ਖੁੱਲ੍ਹੀ ਹੈ ਤੂੰ ਉਹ ਖੂਹ ਵੀ ਜੇ ਫਿਰ ਉਹਦੇ 'ਚ ਜਿੰਨਾ ਟੈਪ ਹੋਇਆ ਤਾਂ ਉਹ ਤੈਨੂੰ ਕਿਰਤ ਪਿਆ ਕਰਦਾ ਤੂੰ ਖਿਆਲ ਭਾਵਿਆ ਨਾ ਜੀ ਅਤੇ ਉਹ ਮੀਆਂ ਮੁਹੰਮਦ ਉਹਨਾਂ ਨੇ ਮੂੰਹ ਬੋਤਲ ਕਰ ਲਿਆ ਡੇਰੇ ਵਾਲੇ ਫੇਰ ਝਟ ਕੇ ਲੱਗਿਆ ਤੇ ਉਹ ਖਿਆਲ ਆਇਆ ਉਹਨਾਂ ਦੇ ਵੀ ਵਿਹਾੜੀ ਨਾ ਖਾਲੀ ਸਸਤੀ ਹੈ ਪੁਰਾਣੇ ਥਾਂ ਤੇ ਚਲੋ ਪੈਂਦਾ ਥੋੜ੍ਹਾ ਜਿਹਾ ਆਇਆ ਪੂਰੀ ਨਮਾਜ਼ ਤੂੰ ਵੀ ਲਿਆ ਕੇ ਖਾ ਲਿਆ ਜੋ ਮੀਆਂ ਸਾਹਿਬ ਨਾਲ ਮੂੰਹ ਉੱਧਰ ਕਰ ਲਿਆ ਸਹੀ ਜੇ ਮੂੰਹ ਇੱਕ ਦੋ ਵਾਰੀ ਫੇਰਿਆ ਤੇ ਉਹ ਜੇ ਸਲਾਮ ਫੇਰਿਆ ਨਾ ਤੇ ਬੰਦੇ ਆਖਿਆ ਵੀ ਅੱਗੇ ਤੇ ਆਉਂਦਾ ਨਹੀਂ ਤੇਰਾ ਭਰਾ ਜੇ ਆਇਆ ਤਾਂ ਸਾਡੀ ਨਮਾਜ਼ ਹੀ ਉਹਨੇ ਭਰਾ ਕਦੇ ਅੰਜ ਮੂੰਹ ਕਰ ਲੈਂਦਾ ਕਦੇ ਅੰਜ ਕਰ ਲੈਂਦਾ ਚਲੋ ਘਰ ਗਏ ਜਾ ਕੇ ਦਮਾਓ ਕੇ ਨਾ ਲਿਆ ਵੀ ਅੱਗੇ ਤਾਂ ਜਾਂਦਾ ਨਹੀਂ ਸੀ ਅਤੇ ਜੇ ਅੱਜ ਗਿਆ ਤਾਂ ਅਸੀਂ ਨਮਾਜ਼ੀਆਂ ਦੀ ਵੀ ਇਹਨੇ ਨਮਾਜ਼ ਪੜ੍ਹਾਈ ਹੈ ਅਤੇ ਮੈਨੂੰ ਵੀ ਇਹਨੇ ਦਸਤਾ ਕੀਤਾ ਕਿਉਂ ਵਾ ਮੁਹੰਮਦ ਉਹਨੇ ਆਖਿਆ ਅੰਮਾ ਮੈਂ ਇਹਦੇ ਮਗਰ ਨੀਚੀ ਹੈ ਭਰਾ ਉਹਦੇ ਦੂਜੇ ਕਿਸੇ ਵੀ ਨਹੀਂ ਨੀਚੀ ਕਿਵੇਂ ਆ ਪੁੱਛ ਲਓ ਜੇ ਵੇਲੇ ਗਿਆ ਡੇਰੇ ਅਤੇ ਮੈਂ ਤਾਂ ਮਗਰ ਗਿਆ ਸਹੀ ਜੇ ਫਲਾਣੇ ਤਾਂ ਉਹ ਖਾ ਲੈਣ ਗਿਆ ਤਾਂ ਮੈਂ ਮਗਰ ਗਿਆ ਵਾਂ ਪੁੱਛ ਲਓ ਇਹਨੂੰ ਪੁੱਛ ਲਓ ਵੀ ਜਦੋਂ ਇਹ ਪਿੱਛੇ ਮਾਮ ਦੇ ਨਿਸ਼ਚੀ ਹੈ ਅਤੇ ਮੈਂ ਮਾਮ ਦੇ ਪਿੱਛੇ ਰਹਿਣਾ ਸੀ ਉਹ ਦੂਜਿਆਂ ਨੂੰ ਤਾਂ ਪਤਾ ਕੌਣ ਸੀ ਕਿੱਥੇ ਪੈ ਜਾਂਦਾ ਕਿੱਥੇ ਨਹੀਂ ਮੈਨੂੰ ਪਤਾ ਸੀ ਮੈਂ ਤਾਂ ਉੱਧਰ ਹੀ ਜਾਣਾ ਸੀ ਨਾ ਉਹਨੇ ਆਖਿਆ ਇਹਨੂੰ ਆਖੋ ਵੀ ਅੱਗੋਂ ਨਾ ਆਵੇ ਆ ਸਾਡਾ ਕੰਮ ਟੁੱਟਦਾ ਪਿਆ ਇਹ ਹਾਲ ਤਾਂ ਸਾਡਾ ਵੀ ਹੈ ਤੋ ਦਰਵੇਸ਼ ਇੱਥੇ ਆਉਂਦਾ ਨਾ ਵੀ ਅੱਖੀ ਵੇਖਿਆ ਬਾਜ ਆਰਾਮ ਸਜਦਾ ਪੜਿਆ ਮਕਤਬ ਰਾਜ਼ੋ ਨਿਆਜ਼ ਦੇ ਵਿੱਚ ਅਜ਼ਮਤ ਉਸ ਦੀ ਪੂਜਣੇ ਬੁੱਤ ਚੰਗੇ ਹੋਵੇ ਵਸਲ ਨਾ ਜਿਹੜੀ ਨਮਾਜ਼ ਨਮਾਜ਼ ਦਾ ਕੰਮ ਹੈ ਮੇਲ ਕਰਾਉਣਾ ਆਸ਼ਕ ਅਤੇ ਮਸ਼ੂਕ ਦਾ ਮੇਲ ਹੋਵੇ ਤਾਂ ਉਹਦਾ ਨਾਂ ਮਰਾਜ ਹੈ ਬਿਲਕੁਲ ਅਤੇ ਸਰਕਾਰ ਇੱਥੇ ਲਿਖਦੇ ਨੇ ਆਪਣੇ ਪੀਰ ਦੇ ਦਰਬਾਰ ਗਏ ਨੇ ਤੇ ਪਹਿਲਾਂ ਤਾਂ ਉਹਨਾਂ ਆਖਿਆ ਕਲਬ ਮੇਰੇ ਨੂੰ ਜੰਦਰਾ ਵਜਿਆ ਤੇ ਕੁੰਜੀ ਸਾਈਆਂ ਹੱਥ ਤੇਰੇ ਨਾਮ ਖੁਦਾ ਦਾ ਲਾ ਛੱਡ ਜੰਦਰਾ ਉਹ ਲੋ ਲੱਗੇ ਤਨ ਮੇਰੇ ਤੇ ਫਿਰ ਆਖਿਆ ਅੰਦਰ ਤੇਰੇ ਤੇਰੀਆਂ ਰਗੜਾਂ ਤੇ ਜਿਵੇਂ ਬਾਲ ਆਈਆਣਾ ਇੱਕ ਨਿੱਕੀ ਜਿਹੀ ਜ਼ਿੱਦ ਕਰ ਬੈਠਾ ਅੱਜ ਖਾਲੀ ਮੈਂ ਨਹੀਂ ਜਾਣਾ ਤੇ ਵਲੀ ਅੱਲਾ ਦੇ ਪਾਂਡਾ ਤੱਕ ਕੇ ਇਹ ਦਰਵੇਸ਼ ਜਿਹੜੇ ਨੇ ਇਹਨਾਂ ਦੀਆਂ ਬਾਤਾਂ ਦੀਆਂ ਅੱਖਾਂ ਹੁੰਦੀਆਂ ਜੀ ਉਹ ਮੀਆਂ ਸਾਹਿਬ ਵਾਲਾ ਆਖਿਆ ਨਾ ਵੀ ਜੇ ਰੱਬ ਦਿਲ ਦੀਆਂ ਅੱਖੀਆਂ ਦੇਵੇ ਤੇ ਚਾਨਣ ਹੋਵੇ ਨੂਰੂ ਵਲੀਆਂ ਨੂੰ ਪਿਆ ਨਜ਼ਰੀ ਆਉਂਦਾ ਕਿਆ ਨੇੜੇ ਕਿਆ ਦੂਰ ਉਹ ਬਹਿ ਕੇ ਦੇਖ ਸਕਦੀ ਸੀ ਆ ਵੇਖਿਆ ਨੀ ਕਿ ਵੀ ਉਹ ਬੋਝ ਲੈਂਦੇ ਨੇ ਸਾਡੇ ਇੱਥੇ ਨਾ ਸਲੀਮ ਆਏ ਉਹ ਕਿਆ ਆਏ ਉਹ ਬਹਾਵਲਪੁਰ ਆਏ ਉਹਨਾਂ ਪੀਸਾਂ ਨਾਲ ਛਾਣੇ ਗੋਲੀ ਛਾ ਕੇ ਇੱਥੇ ਵੱਡਵੇ ਨੇ ਉਹਨੇ ਆਖਿਆ ਵੀ ਇਹਨਾਂ ਵਾਸਤੇ ਕੋਈ ਵੱਲ ਗੱਲ ਕਰੀਏ ਉਹ ਉਹਨਾਂ ਆਖਿਆ ਨਾ ਅਸੀਂ ਪੀਰਾਂ ਕੋਲ ਚੱਲਦੇ ਹਾਂ ਸ਼ੇਰਨੀ ਲੈ ਕੇ ਉੱਥੋਂ ਕੋਈ ਕੁੱਕੜ ਜਾ ਕੇ ਖਾਣਦੇ ਕਿ ਉਹ ਹੁਣ ਗੱਲ ਇੱਥੇ ਪੇ ਕਰਦੇ ਨੇ ਉਹ ਜਿਸ ਵੇਲੇ ਉੱਥੇ ਪੀਰਾਂ ਦੇ ਡੇਰੇ ਹੀ ਪਿੱਛੇ ਸਰ ਤੇ ਉਹਨਾਂ ਪੀਰਾਂ ਆਖਿਆ ਉਹ ਫੜੋ ਵਾ ਕੁੱਕੜ ਮਰੀਜ਼ ਸਾਡੇ ਪਿਆਉਂਦੇ ਨੇ ਉਹਨਾਂ ਉਹ ਕੁੱਕੜ ਫੜ ਕੇ ਤੋਂ ਕਰਕੇ ਤੇ
ਉਸ਼ਰ ਕੱਢਿਆ ਸੀ ਨਾ ਮਾਲ ਸੀ ਜਿਹੜਾ ਉਹ ਪੀਰਾਂ ਕੇ ਜਿਹੜਾ ਧਰਿਆ ਤੇ ਉਹਨਾਂ ਆਖਿਆ ਸਾਨੂੰ ਨਹੀਂ ਲੱਗਦਾ ਪੀਰ ਉਹ ਸਨ ਇਹ ਸਾਨੂੰ ਨਹੀਂ ਲੱਗਦਾ ਗਰੀਬਾਂ ਮਸਕੀਨਾਂ ਦਾ ਮਾਲ ਉਹਨਾਂ ਨੇ ਜਾ ਕੇ ਦਿਓ ਤੇ ਆ ਘਰੇ ਜਾ ਕਿਸੇ ਹੋਰ ਨੂੰ ਪਤਾ ਲੱਗੇ ਹੋਰ ਨਾਲ ਤੇ ਨਹੀਂ ਲੈਣਾ ਇਹ ਲੈ ਜਾਓ ਤੂੰ ਜੇ ਤੁਸੀਂ ਪਿੰਡੂ ਟੁਰੇ ਸਾ ਨਾ ਤੁਸੀਂ ਇਹ ਗੱਲ ਆਖੀ ਸੀ ਵੀ ਪੀਰਾਂ ਕੋਈ ਜਾ ਕੇ ਕੁੱਕੜ ਖਾਣਾ ਤੇ ਅਸੀਂ ਤਾਂ ਸੁਣਦੇ ਸਾਂ ਮੁਸਾਫਰ ਖਾਨਾ ਤੇ ਆਵੇ ਜਾਵੇ ਉਹ ਕਿਸੇ ਦੀ ਕੀ ਹੈ ਮਜਾਲ ਮੁਹੰਮਦ ਇੱਥੇ ਪੱਕੇ ਡੇਰੇ ਲਾਵੇ ਤੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਮੇਰੀ ਨਾ ਤੇਰੀ ਚਾਰ ਦਿਨਾਂ ਦਾ ਮੇਲਾ ਏ ਦੁਨੀਆ ਔਰਕ ਮਿੱਟੀ ਦੀ ਢੇਰੀ ਵੇਖੇ ਨਾ ਬੜੇ ਮਤਲਬ ਮਾਰ ਮਾਰ ਕੇ ਟੁਰ ਗਏ ਉਹ ਮਿੱਟੀ ਦੀ ਢੇਰੀ ਰਹਿ ਗਈ ਹਾਂਜੀ ਗੱਲ ਹੈ ਜੀ ਚੱਲਦੀ ਸਰਾਂ ਕੋ ਆ ਰਿਹਾ ਕੋ ਜਾ ਰਿਹਾ ਤੇ ਮਮਤਾਜ਼ ਸਰਕਾਰ ਆਉਂਦੇ ਨੇ ਆ ਨਾ ਮਿਲੀਏ ਤਾਂ ਮਿਲੀਏ ਨਹੀਂ ਉਹ ਜੇ ਮਿਲੀਏ ਤਾਂ ਹੱਸ ਕੇ ਮਿੱਠਾ ਬੋਲ ਅੰਦਰ ਵੜ ਲਈਏ ਉਹ ਦਿਲ ਆਸ਼ਿਕ ਦਾ ਖਸ ਕੇ ਆ ਜਾਊਗਾ ਇੱਥੇ ਦਰਵਾਜ਼ਾ ਤਾਂ ਹੈ ਕੋਈ ਨਹੀਂ ਚਲੋ ਮੈਂ ਵੀ ਆਂਦਾ ਕੋਈ ਫਰਮਾਇਸ਼ ਤੇ ਹੋਵੇ ਚਲੋ ਭਾਈ ਸੁਨੀਮ ਨੇ ਬੋਲਿਆ ਜਿਹਾ ਨਾ ਤੇ ਸਰਕਾਰ ਆਉਂਦੇ ਨੇ ਉਹ ਪਿਛਲੀ ਉਮਰ ਵਕਤ ਬੜੇ ਪਾ ਤੇ ਜਾਗ ਪਈਆਂ ਸੈ ਪੀੜਾਂ ਇੱਥੇ ਅਸਰ ਕਰੇਂਦੀਆਂ ਨਾਈ ਤੇ ਇੰਗ ਜਵੈਣ ਤੇ ਰੀੜਾਂ ਤੇ ਗਈ ਜਵਾਨੀ ਵੇਚਣ ਦਾਨੀ ਉਹ ਕੁਝ ਨਹੀਂ ਤੇਥੋਂ ਬਣਿਆ ਉਹ ਪਿਛਲੀ ਉਮਰੇ ਸਿਰ ਚਿੱਟੇ ਨੂੰ ਤੇ ਦਾਗ ਨਾ ਲਾ ਲਈ ਜਣਿਆ ਜਵਾਨੀ ਤੇ ਐਵੇਂ ਲੰਘ ਗਈ ਹੈ ਯਾਰ ਅੱਲਾ ਹੀ ਬਚਾਇਆ ਤੇ ਪਾਸ ਤੇ ਹੁਣ ਬਾਹਰ ਚਿੱਟੇ ਨੇ ਬਸ ਅੱਲਾ ਹੀ ਬਚਾਇਆ ਹੋ ਨਹੀਂ ਕੋਈ ਕਰਦਾ ਮਤਲਬ ਕੀ ਕਹਿੰਦੇ ਨੇ ਲੱਗਦੀ ਨਾਲ ਉਹ ਟੁੱਟਦੀ ਚੰਗੀ ਤੇ ਲੱਗਦੀ ਨਾਲੋਂ ਟੁੱਟਦੀ ਚੰਗੀ ਉਹ ਬੇਕਦਰਾਂ ਦੀ ਯਾਰੀ ਭਲਾ ਹੋਇਆ ਲੜ ਨੇੜਿਓਂ ਛੁੱਟ ਗਿਆ ਤੇ ਉਮਰ ਨਹੀਂ ਗੁਜ਼ਰੀ ਸਾਰੀ ਤੇ ਦੁਨੀਆ ਤੇ ਜਿਹੜਾ ਕੰਮ ਨਹੀਂ ਆਇਆ ਓਏ ਔਖੇ ਸੌਖੇ ਵੇਲੇ ਉਸ ਬੇਫੈਦ ਸੰਗੀ ਨਾਲੋਂ ਉਹ ਬਿਹਤਰਾ ਯਾਰ ਆ ਕੇ ਜਿਹੜਾ ਕੰਮ ਹੀ ਨਹੀਂ ਆਇਆ ਉਹਦੇ ਨੂੰ ਇਕੱਲਾ ਹੀ ਬੰਦਾ ਇਕੱਲਾ ਹੀ ਚੰਗਾ ਹੈ ਭਾਈ ਖਾਦਮ ਸਾਹਿਬ ਸਰਕਾਰ ਲਿਖਦੇ ਨੇ ਜੀ ਵਾਲੇ ਰੱਬ ਦੇ ਤੇ ਮਿਲ ਲੈ ਜਾਂਦੀ ਵਾਰੀ ਇਸ ਮਿਲਣੇ ਨੂੰ ਫਿਰ ਸਿੱਖ ਦਾ ਰਸ ਉਹ ਬਹਿ ਕੇ ਉਮਰਾਂ ਸਾਰੀ